ਸਤਿ ਸ਼੍ਰੀ ਅਕਾਲ ਦੋਸਤੋ। ਪੀਐਮ ਮੋਦੀ ਨੇ ਸਿੱਖਾਂ ਬਾਰੇ ਕਹੀ ਇਹ ਵੱਡੀ ਗੱਲ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਥ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਦਿੱਲੀ ਦੇ ਦਵਾਰਕਾ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੇ ਵਿਕਾਸ ਮਾਡਲਾਂ ਦੇ ਵਿੱਚ ਸਪੱਸ਼ਟ ਅੰਤਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਾਂਗਰਸ ਨੇ ਕਈ ਮੋਰਚਿਆਂ 'ਤੇ ਦੇਸ਼ ਦੇ ਨਾਲ ਬੇਇਨਸਾਫੀ ਕੀਤੀ। ਪੀਐਮ ਮੋਦੀ ਨੇ ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ 'ਤੇ ਵੀ ਨਿਸ਼ਾਨਾ ਸਾਧਿਆ। ਦਿੱਲੀ ਅਤੇ ਦਵਾਰਕਾ ਰੈਲੀ 'ਚ ਪੀਐਮ ਮੋਦੀ ਨੇ ਦਿੱਲੀ ਸਿੱਖ ਦੰਗਿਆਂ ਦਾ ਮੁੱਦਾ ਚੱਕਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਖ ਭਰਾਵਾਂ ਨੂੰ ਗਲਾਂ 'ਚ ਟਾਇਰ ਪਾ ਕੇ ਮਾਰਿਆ ਗਿਆ। ਇਹਨਾਂ ਸਿੱਖ ਦੰਗਿਆਂ ਦੇ ਦੌਰਾਨ ਕਾਂਗਰਸ ਨੇ ਵੀ ਕੀ ਭੂਮਿਕਾ ਨਿਭਾਈ ਸੀ ਇਹ ਸਭ ਨੂੰ ਪਤਾ ਹੈ, ਪਰ ਅੱਜ ਜੋ ਵੀ ਪਾਰਟੀ ਦਿੱਲੀ 'ਚ ਕਾਂਗਰਸ ਦੀ ਛਤਰਛਾਇਆ ਹੇਠ ਖੜ੍ਹੀ ਹੈ ਉਹ ਵੀ ਕਾਂਗਰਸ ਦੀ ਹੀ ਨੀਤੀ ਦੇ ਨਾਲ ਹੈ। ਭ੍ਰਿਸ਼ਟਾਚਾਰੀਆਂ ਦੀ ਜਾਇਦਾਦਾਂ ਦਾ ਐਕਸਰੇ ਕਰਾਂਗਾ ਪੀਐਮ। ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਲੋਕ ਰਾਜਨੀਤੀ ਬਦਲਣ ਆਏ ਸਨ, ਉਹਨਾਂ ਨੇ ਦਿੱਲੀ ਵਾਸੀਆਂ ਦੇ ਭਰੋਸੇ 'ਤੇ ਡਾਕਾ ਮਾਰਿਆ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ INDI ਗੱਠਜੋੜ ਦੇ ਨੇਤਾਵਾਂ ਨੇ ਹਰ ਜਗ੍ਹਾ ਭ੍ਰਿਸ਼ਟਾਚਾਰ ਕੀਤਾ। ਦਿੱਲੀ ਦੇ ਵਿੱਚ ਕੱਟੜ ਭ੍ਰਿਸ਼ਟ ਲੋਕਾਂ ਨੂੰ ਖੇਡ ਸਭ ਨੇ ਵੇਖੀਏ, ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੀ ਜਾਇਦਾਦ ਦਾ ਐਕਸਰੇ ਕਰਾਂਗਾ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।